ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅੱਜ ਦੀ ਆਵਾਜ਼। ਮੈਂ ਤੁਹਾਡਾ ਲਖਵਿੰਦਰ ਜਗਵਾਲ ਪਿੰਡ ਚੋਪੜੇ ਵਿੱਚ ਪਹੁੰਚੇ ਹਾਂ। ਜੋ ਪਿਛਲੇ ਮਹੀਨਿਆਂ ਵਿੱਚ ਡੈਂਪ ਬੰਦ ਕਰਵਾਇਆ ਸੀ, ਉਸ ਡੈਂਪ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਫਿਰ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੈ। ਪਿੰਡ ਵਾਲਿਆਂ ਨਾਲ ਪਿੰਡ ਦਾ ਇਕੱਠ ਹੋਇਆ ਹੈ, ਉਸ ਨਾਲ ਉਹਨਾਂ ਦੀਆਂ ਵਿਚਾਰ ਸੁਣਦੇ ਹਾਂ ਕੀ ਕਹਿੰਦੇ ਨੇ। ਨਾਲ ਗੁਰਦਾਸਪੁਰ ਤੋਂ ਪ੍ਰਸ਼ਾਸਨ ਦੇ ਅਧਿਕਾਰੀ ਈਓ ਸਾਹਿਬ ਆਏ ਨੇ, ਉਹਨਾਂ ਦੇ ਵੀ ਗੱਲਬਾਤ ਸੁਣਦੇ ਹਾਂ ਕੀ ਕਹਿੰਦੇ ਨੇ। ਸਾਡਾ ਏਜੰਡਾ ਸੀਗਾ ਜੀ, ਜਿਹੜਾ ਸਾਡੇ ਪਿੰਡ ਨਗਰ ਕੌਂਸਲ ਗੁਰਦਾਸਪੁਰ ਤੋਂ ਕੂੜਾ ਡੰਪ ਕਾਫੀ 15-16 ਸਾਲਾਂ ਤੋਂ ਆ ਰਿਹਾ, ਉਹ ਪਿਛਲੇ 2.5-3 ਮਹੀਨੇ ਦਾ ਪ੍ਰੋਟੈਸਟ ਕੀਤਾ। ਨਗਰ ਦੀ ਸੰਗਤ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਨਾ ਗੰਦਗੀ ਦੇ ਵਿੱਚੋਂ ਗੁਜ਼ਰ ਰਹੇ, ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਸਾਡੇ ਖਤਰਾ ਬਣ ਚੁੱਕਾ ਸੀ, ਬੜਾ ਮੌਤਾਂ ਵੀ ਕਾਫੀ ਸਾਡੇ ਪਿੰਡ 'ਚ ਹੋ ਗਈਆਂ, ਮੱਖੀ ਮੱਛਰ ਬੜਾ, ਇੱਦਾਂ ਜੰਗਲੀ ਜਾਨਵਰ ਉੱਥੇ ਬਹੁਤ ਇਕੱਤਰ ਹੋ ਗਈ। ਫਿਰ ਸੰਗਤ ਨੇ ਫੈਸਲਾ ਲਿਆ ਕਿ ਨਹੀਂ, ਇਸ ਚੀਜ਼ ਨੂੰ ਬੰਦ ਕਰਨਾ, ਸਾਨੂੰ ਇਨਕਮ ਦੀ ਕੋਈ ਲੋੜ ਨਹੀਂ, ਭਾਵੇਂ ਕਿ ਨਗਰ ਕੌਂਸਲ ਸਾਨੂੰ ਸਾਲਾਨਾ ਪੈਸੇ ਦਿੰਦੀ ਸੀਗੀ ਕੂੜਾ ਸੁੱਟਣ ਦੇ, ਪਰ ਅਸੀਂ ਫਿਰ ਉਹ ਬੰਦ ਕਰਤਾ ਹੁਣ ਸਾਰਾ ਕੁਝ। ਹੁਣ ਬੰਦ ਕਰਨ ਤੋਂ ਬਾਅਦ 2.5 ਮਹੀਨੇ ਬਾਅਦ ਇਹ ਪ੍ਰਸ਼ਾਸਨ ਨੇ ਫਿਰ ਥੋੜ੍ਹੀ ਜਿਹੀ ਹਰਕਤ 'ਚ ਆਇਆ ਪ੍ਰਸ਼ਾਸਨ, ਕਿਉਂਕਿ ਗੁਰਦਾਸਪੁਰ ਦੇ ਪ੍ਰਸ਼ਾਸਨ ਨੂੰ ਕਿਤੇ ਵੀ ਕੂੜਾ ਸੁੱਟਣ ਦੀ ਜਗ੍ਹਾ ਨਹੀਂ ਮਿਲਦੀ, ਢੁੱਕਵੀਂ ਜਗ੍ਹਾ ਕਿਤੇ ਨਹੀਂ ਮਿਲਦੀ ਉਹਨਾਂ ਨੂੰ, ਉਹ ਕਦੀ ਕਿਤੇ ਲਾਉਂਦੇ ਕਦੀ ਕਿਤੇ ਲਾਉਂਦੇ। ਉਹਨਾਂ ਨੇ ਫਿਰ ਸਾਡੇ ਤੱਕ ਇਹਨੂੰ ਪਹੁੰਚ ਕੀਤੀ ਅਤੇ ਕੋਸ਼ਿਸ਼ ਕੀਤੀ ਕਿ ਸ਼ਾਇਦ ਦੁਬਾਰਾ ਮੰਨ ਜਾਣਗੇ। ਅਸੀਂ ਅੱਜ ਤੋਂ 20 ਦਿਨ ਪਹਿਲਾਂ ਇੱਕ ADC ਸਾਹਿਬ ਦੀ ਕਾਲ ਆਈ ਸੀ, ADC ਸਾਹਿਬ ਨੂੰ ਮਿਲ ਕੇ ਆਈ ਸੰਗਤ ਸਾਰੀ, ਉੱਥੇ ਉਹਨਾਂ ਨੇ ਕਿਹਾ ਵੀ ਸਾਡੀ ਗੱਲ ਮੰਨੋ, ਸਾਨੂੰ ਥੋੜ੍ਹਾ ਸਮਾਂ ਦਿਓ। ਨਗਰ ਬੰਦੇ ਜਿਹੜੇ ਸਾਡੇ ਮਿੱਤਰ ਗਏ ਸੀਗੇ, ਸਾਰੇ ਪਿੰਡ ਦੇ ਵਸਨੀਕ ਗਏ, ਉਹਨਾਂ ਨੇ ਫਿਰ ਉੱਥੇ ਕਿਹਾ ਵੀ ਚਲੋ ਜੀ ਸੰਗਤ ਦੀ ਸਲਾਹ ਨਾਲ ਤੁਹਾਨੂੰ ਦੱਸਾਂਗੇ, ਇਕੱਲੇ ਨਹੀਂ ਕੋਈ ਡਿਸੀਜਨ ਲੈ ਸਕਦੇ। ਫਿਰ ਪਿੰਡ ਆ ਕੇ ਗੁਰਦੁਆਰਾ ਸਾਹਿਬ ਮੀਟਿੰਗ ਕੀਤੀ, ਇਹ 15-20 ਦਿਨ ਪਹਿਲਾਂ ਦੀ ਗੱਲ ਆ। ਉਹ ਤੋਂ ਬਾਅਦ ਹੋਇਆ ਕਿ ਅਸੀਂ ਉਸ ਚੀਜ਼ ਨੂੰ ਸੰਗਤ ਨੇ ਫੈਸਲਾ ਲਿਆ ਵੀ ਨਹੀਂ, ਇਹ ਨਹੀਂ ਆਪਾਂ ਕੰਮ ਸ਼ੁਰੂ ਕਰ ਦੇਣਾ। ਹੁਣ ਕੀ ਹੋਇਆ, ਕੱਲ੍ਹ ਪਰਸੋਂ ਦਾ ਫਿਰ ਕੱਲ੍ਹ JCB ਆਈ, ਇੱਕ ਦੁਪਹਿਰੇ ਆ ਕੇ ਫੋਲਾ ਫਲਾਈ ਕਰਦੀ ਰਹੀ ਉੱਥੇ, ਅਤੇ ਦੁਬਾਰਾ ਕਾਲਾਂ ਵੀ ਆਈਆਂ ਸਾਨੂੰ, ਇੱਕ ਦੋ ਕਾਲਾਂ ਆਈਆਂ, ਗੁਰਦੁਆਰਾ ਸਾਹਿਬ ਦੀ ਕਾਲ ਆਈ ਮੈਨੂੰ ਅੱਜ ਵੀ ਆਈ, ਕੱਲ੍ਹ ਸ਼ਾਮੀ ਵੀ ਆਈ ਕਿ ਤੁਹਾਡੇ SDM ਸਾਹਿਬ ਨਾਲ ਤੁਹਾਡੀ ਕੋਈ ਮੀਟਿੰਗ ਅਰੇਂਜ ਕੀਤੀ ਹੈ, ਅਤੇ ਉੱਥੇ ਪਹੁੰਚੋ ਬੰਦੇ, ਪਤਵੰਤੇ ਬੰਦੇ ਲੈ ਕੇ। ਮੈਂ ਕਿਹਾ ਏਜੰਡਾ ਕੀ ਆ, ਕਹਿੰਦੇ SDM ਸਾਹਿਬ ਕਹਿੰਦੇ ਵੀ ਕੂੜੇ ਦੇ ਮਤਲਬ ਆਪਾਂ ਕੋਈ ਗੱਲ ਕਰਨੀ। ਮੈਂ ਕਿਹਾ ਭਾਅ ਜੀ ਕੂੜੇ ਦੇ ਮਤਲਬ ਆਪਾਂ ਕੋਈ ਗੱਲ ਨਹੀਂ ਕਰਨੀ, ਨਗਰ ਦਾ ਫੈਸਲਾ ਵਾ ਕਿ ਅਸੀਂ ਕੂੜਾ ਗੁਰਦਾਸਪੁਰ ਦਾ ਆਪਣੇ ਪਿੰਡ ਵਿੱਚ ਨਹੀਂ ਆਉਣ ਦੇਣਾ ਅਤੇ ਨਹੀਂ ਆਉਣ ਦੇਣਾ। ਉਸ ਤੋਂ ਬਾਅਦ ਅੱਜ ਆਪਾਂ ਫਿਰ ਦੁਪਹਿਰੇ ਫਿਰ ਕੱਲ੍ਹ ਆਈਆਂ, ਅਤੇ ਫਿਰ ਸੇਵਾਦਾਰਾਂ ਨੇ ਸਾਰਿਆਂ ਨੇ ਇੱਕ ਬਣਾਈ ਗੱਲ ਕਿ ਕਿਉਂ ਨਾ ਆਪਾਂ ਸ਼ਾਮੀ ਬਹਿ ਕੇ ਫਿਰ ਇੱਕ ਵਾਰ ਸਲਾਹ ਕਰ ਲਈਏ ਵੀ ਪ੍ਰਸ਼ਾਸਨ ਸਾਨੂੰ ਪਰੇਸ਼ਾਨ ਕਰ ਰਿਹਾ। ਅਤੇ ਫਿਰ ਹੁਣ 5 ਵਜੇ ਦੀ ਮੀਟਿੰਗ ਅਰੇਂਜ ਕੀਤੀ, 5 ਵਜੇ ਮੀਟਿੰਗ ਹੁਣ ਸਾਡੀ ਖਤਮ ਹੋਈ ਹੈ, ਜਿਹਦੇ ਵਿੱਚ ਈਓ ਸਾਹਿਬ ਵੀ ਪਹੁੰਚੇ ਗੁਰਦਾਸਪੁਰ ਨਗਰ ਕੌਂਸਲ ਤੋਂ। ਅਤੇ ਫਿਰ ਅਸੀਂ 2 ਟੁੱਕ ਗੱਲ ਸੰਗਤ ਨੇ ਕਹਿ ਤੀ, ਸੰਗਤ ਨੇ ਆਪਣਾ ਫੈਸਲਾ ਦੇ ਦਿੱਤਾ ਕਿ ਬਿਲਕੁਲ ਵੀ ਕੂੜਾ ਨਹੀਂ ਇੱਥੇ ਆਉਣ ਦੇਣਾ, ਈਓ ਸਾਹਿਬ ਨੂੰ ਕਹਿ ਤਾ। ਈਓ ਸਾਹਿਬ ਨੇ ਇੱਕ ਤਜਵੀਜ਼ ਦਿੱਤੀ ਸਾਨੂੰ ਕਿ ਸਾਡਾ ਸੈਗਰੀਗੇਸ਼ਨ ਕਰਨ ਦਾ ਸਾਨੂੰ ਨਾ ਕੁਝ 2 ਕਰੋੜ ਦੇ ਲਗਭਗ ਫੰਡ ਆਇਆ ਵਾ, ਸੈਂਟਰ ਗਵਰਨਮੈਂਟ ਵੱਲੋਂ ਆਇਆ ਕਿ ਪੰਜਾਬ ਗਵਰਨਮੈਂਟ ਵੱਲੋਂ ਆਇਆ ਨਹੀਂ ਮੈਨੂੰ ਪਤਾ, ਅਤੇ ਉਹ ਅਸੀਂ ਫੰਡ ਵਰਤਣਾ ਚਾਹੁੰਦੇ ਹਾਂ। ਅਤੇ ਵਰਤਣ ਵਾਸਤੇ ਸਾਨੂੰ ਜਿਹੜਾ ਕੂੜੇ ਦੇ ਜਿਹੜੇ ਢੇਰ ਲੱਗੇ ਆ ਨਾ, ਭਾਵੇਂ ਉਹ ਗੁਰਦਾਸਪੁਰ 'ਚ ਲੱਗੇ ਅਤੇ ਭਾਵੇਂ ਪੰਜਾਬ 'ਚ ਲੱਗੇ, ਇਹ ਸਾਨੂੰ ਕਰਨੇ ਹੀ ਪੈਣੇ, ਚੱਕਣੇ ਹੀ ਪੈਣੇ, ਇਹਦੀ ਖਾਦ ਤਿਆਰ ਕਰਨੀ, ਕੋਈ ਤਾਮ ਜਾਮ ਲਾਉਣਾ ਉਹਨਾਂ ਨੇ, ਆਪਣਾ ਵੱਖਰਾ ਲਫਾਫੇ ਵੱਖਰੇ ਕਰਨੇ, ਖਾਦ ਤਿਆਰ ਕਰ ਦਾਂਗੇ, ਮਿੱਟੀ ਵੱਖਰੀ ਕਰ ਦਿਆਂਗੇ। ਅਤੇ ਸੰਗਤ ਨੇ ਫਿਰ ਫੈਸਲਾ ਕੀਤਾ ਵੀ ਵੇਖੋ ਜੀ, ਜਿਹੜਾ ਤੁਹਾਡੇ ਗੁਰਦਾਸਪੁਰ ਦਾ ਕੂੜਾ ਨਾ, ਜਿਹੜਾ ਆਲਰੇਡੀ ਤੁਸੀਂ ਰੋਜ਼ 30-40 ਟਰਾਲੀਆਂ ਹੋ ਜਾਂਦੀਆਂ, ਜਿਹੜਾ ਉਹ ਕੂੜਾ ਹੀ ਨਹੀਂ ਤੁਹਾਡੇ ਕੋਲ ਅਜੇ ਤੱਕ ਸਾਂਭਣ ਦਾ, ਤੁਹਾਨੂੰ ਕੋਈ ਜਗ੍ਹਾ ਢੁੱਕਵੀਂ ਮਿਲੀ, 2.5 ਮਹੀਨੇ ਹੋ ਗਏ ਆ, ਅਤੇ ਤੁਸੀਂ ਸਾਡੇ ਕੂੜੇ ਨੂੰ ਸਾਫ਼ ਕਰਨ ਵਾਸਤੇ ਆ ਗਏ ਹੋ, ਸਾਡੇ ਕੂੜੇ ਤੋਂ ਖਾਦ ਬਣਾਉਣ ਵਾਸਤੇ ਆ ਗਏ ਹੋ, ਪਹਿਲਾਂ ਤੁਸੀਂ ਆਪਣਾ ਪ੍ਰੋਜੈਕਟ ਕਿਤੇ ਲਾਓ, ਆਪਣੀ ਜਗ੍ਹਾ ਲੱਭੋ, ਸਾਨੂੰ ਇਹ ਹੋ ਜਾਏਗਾ ਕਿ ਤੁਸੀਂ ਪ੍ਰੋਜੈਕਟ ਕਿਤੇ ਲਾ ਲਿਆ ਅਤੇ ਤੁਸੀਂ ਦੁਬਾਰਾ ਸਾਡੇ ਪਿੰਡ ਨਹੀਂ ਆਓਗੇ, ਅਤੇ ਫਿਰ ਸਾਡਾ ਕੂੜਾ ਜਿਹੜਾ ਵਾ 2 ਮਹੀਨੇ ਲੱਗ ਜਾਣ, 4 ਲੱਗ ਜਾਣ, 1 ਸਾਲ ਲੱਗ ਜਾਏ, ਉਹ ਸੈਗਰੀਗੇਟ ਕਰਨ ਵਾਸਤੇ ਆ ਜਾਓ, ਅਸੀਂ ਤੁਹਾਨੂੰ ਇੱਥੇ ਆਉਣ ਦੇਵਾਂਗੇ। ਆਉਣ ਨਾ ਆਉਣ ਦਾ ਕਾਰਨ ਅਸੀਂ ਸੈਗਰੀਗੇਟ ਕਰਨ ਤੋਂ ਵੀ ਕਿਉਂ ਰੋਕਿਆ, ਉਹ ਇਸ ਕਰਕੇ ਰੋਕਿਆ ਕਿ ਜੇ ਇਹਨਾਂ ਨੇ ਇੱਥੇ ਆ ਕੇ ਆਪਣਾ ਸਿਸਟਮ ਫਿੱਟ ਕਰ ਲਿਆ, ਅਤੇ ਨਗਰ ਦੀ ਸੰਗਤ ਦਾ ਇਹ ਫੈਸਲਾ, ਸਾਰੀ ਸੰਗਤ ਨੇ ਫੈਸਲਾ ਦਿੱਤਾ ਕਿ ਜੇ ਇੱਕ ਵਾਰ ਆ ਗਏ ਤਾਂ ਹੋ ਸਕਦਾ ਫਿਰ ਮੁੜ ਕੇ ਹੌਲੀ 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 2-2.5 ਮਹੀਨਿਆਂ ਬਾਅਦ ਗੁਰਦਾਸਪੁਰ ਦਾ ਜਿਹੜਾ ਤਾਜ਼ਾ ਕੂੜਾ ਵਾ ਉਹ ਵੀ ਫਿਰ ਮੁੜ ਕੇ ਨਾ ਹੌਲੀ ਹੌਲੀ ਇੱਥੇ ਗੱਡੀਆਂ ਲੈ ਕੇ ਆਉਣ। ਇਸ ਕਰਕੇ ਸੰਗਤ ਦਾ ਫੈਸਲਾ ਜਿਹੜਾ ਪ੍ਰਵਾਨਿਤ ਕੀਤਾ ਕਿ ਬਿਲਕੁਲ ਵੀ ਇੱਥੇ ਕੋਈ ਸਿਸਟਮ ਨਹੀਂ ਲੱਗਣ ਦਿੱਤਾ ਜਾਏਗਾ, ਜਦੋਂ ਤੱਕ ਨਗਰ ਕੌਂਸਲ ਨੂੰ ਆਪਣੀ ਢੁੱਕਵੀਂ ਜਗ੍ਹਾ ਨਹੀਂ ਮਿਲਦੀ, ਆਪਣਾ ਸਿਸਟਮ ਉੱਥੇ ਫਿੱਟ ਨਹੀਂ ਕਰਦੇ, ਪ੍ਰੋਜੈਕਟ ਨਹੀਂ ਲਾਉਂਦੇ, ਸੈਗਰੀਗੇਟ ਨਹੀਂ ਕਰਦੇ, ਜਦੋਂ ਕਿਤੇ ਉੱਧਰ ਲੱਗ ਜਾਏਗਾ ਫਿਰ ਪੁਰਾਣਾ ਕੂੜਾ ਜਿਹੜਾ ਵਾ ਇਹ ਚੁੱਕਣ ਵਾਸਤੇ ਅਸੀਂ ਫਿਰ ਨਗਰ ਦੀ ਸੰਗਤ ਫਿਰ ਇੱਦਾਂ ਹੀ ਮੀਟਿੰਗ ਕਰੇਗੀ ਗੁਰਦੁਆਰਾ ਸਾਹਿਬ ਵਿੱਚ।
ਉਹਦਾ ਤਜਵੀਜ਼ ਦਿੱਤੀ ਜਿਹੜੀ ਉਹ ਤਜਵੀਜ਼ ਸੰਗਤ ਨੇ ਪਾਸ ਕੀਤੀ। ਕੀ ਨਾਮ ਤੁਹਾਡਾ? ਬਾਬਾ ਸਿੰਘ ਜੀ, ਜਥੇਦਾਰ ਬਾਬਾ ਸਿੰਘ। ਅੱਜ ਦੀ ਮੀਟਿੰਗ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਦੀ ਮੀਟਿੰਗ ਜੋ ਯੂ ਸਾਹਿਬ ਦੇ ਨਾਲ ਹੋਈ ਆ, ਉਹਨਾਂ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਵੀ ਸਾਡਾ ਇਹੀ ਫੈਸਲਾ ਸੀ ਵੀ ਜੋ ਵੀ ਕੂੜਾ ਬਾਹਰੋਂ ਸਾਡੇ ਨਗਰ ਦੇ ਵਿੱਚ ਆ ਰਿਹਾ ਉਹ ਕੂੜਾ ਇੱਥੇ ਨਾ ਸੁੱਟਿਆ ਜਾਵੇ, ਅਤੇ ਜਿਹੜਾ ਕੂੜਾ ਪਹਿਲਾਂ ਇੱਥੇ ਪਿਆ ਵਾ ਉਹਨੂੰ ਅਸੀਂ ਖੁਦ ਵੀ ਰਜੈਸਟ ਕਰ ਸਕਦੇ ਹਾਂ, ਅਤੇ ਬਾਹਰੋਂ ਦੂਜਾ ਕੂੜਾ ਨਹੀਂ ਆਉਣਾ ਚਾਹੀਦਾ ਇੱਥੇ ਪਿੰਡ ਦੇ ਵਿੱਚ। ਜੋ ਤੁਹਾਡੇ ਗੁਰਦਾਸਪੁਰ ਦਾ ਕੂੜਾ ਜਾਂ ਹੋਰ ਕਿਸੇ ਸ਼ਹਿਰ ਦਾ ਕੂੜਾ ਉਹ ਪਹਿਲਾਂ ਉਹਨੂੰ ਆਪਣਾ ਕੂੜੇ ਨੂੰ ਰਿਜੈਕਟ ਕਰੋ ਅਤੇ ਫਿਰ ਇੱਥੇ ਆਣ ਕੇ ਆਪਾਂ ਤੁਹਾਨੂੰ ਪ੍ਰਵਾਨਗੀ ਦੇਵਾਂਗੇ ਵੀ ਸਾਡਾ ਕੂੜਾ ਵੀ ਰਿਜੈਕਟ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਚੋਪੜਾ ਦੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਨਗਰ ਕੌਂਸਲ ਵਾਲੇ ਉਹਨਾਂ ਦੀਆਂ ਹਰਕਤਾਂ ਹੋ ਰਹੀਆਂ ਸੀ, ਜਿਹੜਾ ਕੂੜਾ ਬੰਦ ਕਰਵਾਇਆ ਗਿਆ ਸੀ ਉਹਦੇ ਮੁਤਾਬਕ ਕਦੀ JCB ਲਿਆ ਕੇ ਆਉਣਾ, ਕਦੀ ਗੱਡੀਆਂ ਲਿਆ ਕੇ ਆਉਣੀਆਂ, ਕੁਝ ਹਰਕਤਾਂ ਇਹਨਾਂ ਨੇ ਕੀਤੀਆਂ ਸ਼ਾਇਦ ਕਿਉਂਕਿ ਗੁਰਦਾਸਪੁਰ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ, ਉਹਨਾਂ ਨੂੰ ਕੂੜਾ ਸੁੱਟਣ ਦੀ ਕਿਹੜੇ ਢੁੱਕਵੀਂ ਜਗ੍ਹਾ ਨਹੀਂ ਮੇਰੀ, ਅਤੇ ਉਹ ਫਿਰ ਇਹ ਆਸ ਲਾਉਣ ਡੇ ਵੀ ਚਲੋ ਸ਼ਹਿਰ ਚੋਪੜੇ ਪਿੰਡ ਵੇਖੀਏ ਜੇਕਰ ਸੁੱਟਿਆ ਜਾ ਸਕਦਾ, ਕਿਉਂਕਿ ਬਹੁਤ ਨਜ਼ਾਰੇ ਲਏ ਇਹਨਾਂ ਨੇ 18-20 ਸਾਲ ਇੱਥੇ ਕੂੜਾ ਸੁੱਟਿਆ ਵਾ। ਪਰ ਸਾਡੇ ਪਿੰਡ ਦੀ ਸਾਰੀ ਸੰਗਤ ਨੇ 2 ਮਹੀਨੇ ਪਹਿਲਾਂ ਫੈਸਲਾ ਲਿਆ ਸੀ ਕਿ ਅਸੀਂ ਇਹ ਕੂੜਾ ਸਾਡੇ ਪਿੰਡ 'ਤੇ ਨਹੀਂ ਆਉਂਦੇ। ਸੋ ਇਹਨਾਂ ਦੀਆਂ ਮਾੜੀਆਂ ਨੀਤੀਆਂ ਵੇਖਦੇ ਹੋਏ ਅਸੀਂ ਅੱਜ ਫਿਰ ਗੁਰਦੁਆਰਾ ਸਾਹਿਬ ਮੀਟਿੰਗ ਕੀਤੀ ਅਤੇ ਸੰਗਤਾਂ ਦਾ ਇਕੱਠ ਕੀਤਾ ਵੀ ਕੀ ਕੀਤਾ ਜਾਵੇ। ਉਸ ਦੇ ਵਿੱਚ ਇੱਕ ਪਿੰਡ ਚੋਪੜਾ ਦੀ ਸੰਗਤ ਸਾਰੀ ਵਧਾਈ ਦੇ ਪਾਤਰ ਆ ਗਈ, ਇਹਨਾਂ ਨੇ 21 ਮੈਂਬਰੀ ਕਮੇਟੀ ਗਠਿਤ ਕੀਤੀ ਆ ਜਿਹੜੀ ਕਿਸਾਨ ਜਥੇਬੰਦੀ ਦੇ ਨਾਲ ਮਿਲ ਕੇ ਇਸ ਲੜਾਈ ਨੂੰ ਅੱਗੇ ਘੋਲ ਵਿੱਚ ਸਹੀ ਲੈ ਕੇ ਚੱਲੂਗੀ। ਉਸ ਦੇ ਵਿੱਚ ਬੀਬੀਆਂ ਵੀ ਨੇ, ਭਾਈ ਸਾਹਿਬ ਵੀ ਨੇ, ਸਕੱਤਰ ਸਾਹਿਬ, ਖਜਾਨਜੀ ਸਾਹਿਬ, ਸਾਰਿਆਂ ਨੂੰ ਜਿਹੜੇ ਜਿਹੜੇ ਅਹੁਦੇ ਦਿੱਤੇ ਗਏ ਨੇ। 21 ਮੈਂਬਰੀ ਕਮੇਟੀ ਬਣਨ ਦੇ ਨਾਲ ਇਹ ਆ ਵੀ ਚਲੋ ਜਿਹੜਾ ਇਹ ਘੋਲ ਆ ਉਹ ਸਾਨੂੰ ਲੜਨ ਵਿੱਚ ਹੋਰ ਵੀ ਆਸਾਨੀ ਹੋਊਗੀ। ਔਰ ਜੋ ਅੱਜ ਸੰਗਤ ਦਾ ਫੈਸਲਾ ਉਹ ਇੱਕ ਸਿੱਧਾ ਸਪਸ਼ਟ ਫੈਸਲਾ ਕਿ ਜਿੰਨਾ ਚਿਰ ਨਗਰ ਕੌਂਸਲ ਗੁਰਦਾਸਪੁਰ ਨੂੰ ਆਪਣਾ ਜਿਹੜਾ ਕੂੜਾ ਰੋਜ਼ ਜਿਹੜੀ ਮੁਸ਼ਕਤ ਕਰਨੀ ਪੈ ਰਹੀ ਉਹਦਾ ਸਾਂਭਣ ਵਾਸਤੇ ਕੋਈ ਜ਼ਮੀਨ ਨਹੀਂ ਮਿਲਦੀ, ਆਪਣਾ ਕੋਈ ਸੈਗਰੀਏਟ ਕਰਨ ਦਾ ਪਲਾਨ ਨਹੀਂ ਲਾਉਂਦੇ, ਪਿੰਡ ਚੋਪੜੇ ਦੀ ਸੰਗਤ ਵੱਲੋਂ ਇਹੋ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਜਾਊ, ਜਿਸ ਦਿਨ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਊਗਾ ਵੀ ਇਹਨਾਂ ਨੇ ਆਪਣਾ ਰੋਜ਼ ਦਾ ਕੂੜਾ ਸਾਂਭਣਾ ਸ਼ੁਰੂ ਕਰ ਲਿਆ, ਸੈਗਰੀਏਟ ਕਰਨ ਵਾਸਤੇ ਕੋਈ ਪਲਾਨ ਲਾ ਲਿਆ, ਉਸ ਦਿਨ ਵੀ ਕੋਈ ਇਜਾਜ਼ਤ ਨਹੀਂ ਸੰਗਤ ਇਕੱਠੀ ਕਰਕੇ ਇਹਨਾਂ ਨੂੰ ਰੂਬਰੂ ਕਰਾਂਗੇ, ਜੋ ਸੰਗਤ ਮਤਾ ਪਾਊਗੀ ਉਹ ਸਿਰ ਮੱਥੇ ਹੋਊਗਾ। ਮੈਂ ਸਰਜੀਤ ਸਿੰਘ, ਸਰਪੰਚ ਗ੍ਰਾਮ ਪੰਚਾਇਤ ਚੋਪੜਾ। ਅੱਜ ਸਾਡੇ ਨਗਰ ਵਿੱਚ ਜੋ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਅਸੀਂ ਆਪ ਜੀ ਨੂੰ ਪਹਿਲਾਂ ਬੁਲਾਰਿਆਂ ਦੱਸ ਦਿੱਤਾ ਕਿ ਇਹਦੇ ਵਿੱਚ ਅਸੀਂ ਜਿੰਨੀ ਦੇਰ ਤੱਕ ਕਮੇਟੀ ਘਰ ਵਾਲੇ ਆਪਣੇ ਕੂੜੇ ਦਾ ਕੋਈ ਅਰੇਂਜਮੈਂਟ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਆਪਣੇ ਪਿੰਡ ਵਿੱਚ ਕੂੜਾ ਜਿਹੜਾ ਉਹ ਨਹੀਂ ਆਉਣ ਦੇਵਾਂਗੇ। ਔਰ ਮੈਂ ਪ੍ਰੈਸ ਰਿਪੋਰਟਰ ਭਾਅ ਜੀ ਲਖਵਿੰਦਰ ਸਿੰਘ ਹੋਣਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਵਰਿੰਦਰ ਭਾਅ ਜੀ ਹੋਣਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ ਔਰ ਸਾਡੇ ਇਹ ਬਲ ਨੂੰ ਹੋਰ ਇਹਨਾਂ ਨੇ ਉਤਸ਼ਾਹਿਤ ਕੀਤਾ ਵਾ। ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹਾਂ, ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।